कुछ है सो तेरा, तेरा तुझको सौंपती क्या लागे मेरा। डीपीडी देख रहे सारे दर्शकों मेरे यानी जगजीत वालों प्यार भरी सत श्री अकाल। सो दर्शकों आज थोड़ी आप मुलाकात करवावे गुरजीत मल्ली जी नाल, जिन्होंने देशों विदेशों के बीच अपनी गायकी के झंडे गड्ढे हुए हैं। तो आओ हुण तुहाडी मुलाकात करवाने गुरजीत मल्ली जी नाल। सत श्री अकाल मैम। सत श्री अकाल जी, की हाल चाल ने जी? बहुत वधिया। मल्ली सानू दस्यो तुसी अपनी मुढ़ली सिक्ख्या जी कितों प्राप्त की सी? मुढ़ली सिक्ख्या मेरी, मैं एक्चुअली करनाल डिस्ट्रिक्ट तो बिलोंग करती हाँ, हरियाणा तो। मुढ़ली सिक्ख्या मेरी पिंड कादराबाद दे नेड़े शहर पैंदा आ इंद्री, उत्थों हुई है जी। शहर इंद्री तो थोड़ी मुढ़ली सिक्ख्या हुई है जी। और मैम थोनों गायकी का शौक कितों पैदा होया? गायकी का शौक मेरे जो देखा जाए तो परिवार च तो किसी नूं नहीं सीगा, बट उदा मेरा स्कूल टाइम तो ही मैनूं सीगा, कॉलेज टाइम तो बाद हुण प्रोफेशन बन चुका है। ਨਾ
ਚਮਕਦਾਰ ਕੰਨ ਦਿਲ ਤੇਰਾ ਪਹਿਲੀ ਵਾਰ ਮੈਮ ਤੁਸੀਂ ਕਦੋਂ ਗਾਇਆ ਸੀਗਾ ਸਟੇਜ 'ਤੇ? ਫਸਟ ਟਾਈਮ ਮੈਂ ਸਕੂਲ ਕਾਲਜ ਟਾਈਮ ਤਾਂ ਗਾਉਂਦੀ ਰਹੀ ਜਿੱਦਾਂ, ਬਾਕੀ ਪ੍ਰੋਫੈਸ਼ਨਲੀ ਮੈਂ ਦੇਖਿਆ ਜਾਏ ਤਾਂ ਚੰਡੀਗੜ੍ਹ ਦੇ ਨੇੜੇ ਇੱਕ ਲਾਲੜੂ ਪਿੰਡ ਪੈਂਦਾ ਆ, ਉੱਥੇ ਮੇਰਾ ਮਤਲਬ ਲਾਈਵ ਪਰਫੋਰਮੈਂਸ ਸੀਗੀ, ਬਟ ਮੈਂ ਥੋੜ੍ਹਾ ਜਿਹਾ ਨਰਵਸ ਸੀਗੀ, ਤਾਂ ਨਾਓ ਆਈ ਐਮ ਹੈਪੀ।
ਮਿਲੇ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਤੁਸੀਂ ਸਭ ਤੋਂ ਪਹਿਲਾਂ ਗਾਣਾ ਸਟੇਜ 'ਤੇ ਕਿਹੜਾ ਗਾਇਆ ਸੀਗਾ ਜੀ? ਸਭ ਤੋਂ ਪਹਿਲਾਂ ਮੇਰੀ ਸਟੇਜ ਦੀ ਸ਼ੁਰੂਆਤ ਗੀਤ ਤੋਂ ਹੋਈ ਸੀਗੀ। ਅੰਮ੍ਰਿਤਾ ਵਿਰਕ ਜੀ ਦਾ ਸੌਂਗ ਸੀਗਾ, ਮੁੰਡਿਆਂ ਨੇ ਨਾਂ ਰੱਖਿਆ ਰੱਖਿਆ ਹਾਈ ਉਹ ਮੇਰਾ ਮੋਰਨੀ। ਕਿਆ ਬਾਤ ਹੈ, ਕਿਆ ਬਾਤ ਹੈ, ਬਾਕੀ ਬਾਕੀ ਮਲੀ ਤੁਸੀਂ ਮੋਰਨੀ ਹੋ ਹੈ ਜੀ। ਥੋੜ੍ਹਾ ਜਿਹਾ ਉਹ ਗਾਣੇ ਦੇ ਚੰਨ ਬੋਲ ਸਾਨੂੰ ਸਾਡੇ ਦਰਸ਼ਕਾਂ ਨੂੰ ਗਾ ਕੇ ਸੁਣਾਇਆ ਜੀ। ਮੇਰਾ ਨੱਚੇ ਅੰਗ ਅੰਗ ਹੈ ਮੈਨੂੰ ਲੱਗਦੀ ਆ ਸੰਗ, ਮੇਰਾ ਨੱਚੇ ਅੰਗ ਅੰਗ ਮੈਨੂੰ ਲੱਗਦੀ ਆ ਸੰਗ, ਜਦੋਂ ਤੁਰਦੀ ਹੋਇਓ ਜਦੋਂ ਤੁਰਦੀ ਤੁਰਦੀ ਮਟਕ ਜਿਹੀ ਟੋਰਨੀ, ਮੁੰਡਿਆਂ ਨੇ ਨਾ ਰੱਖਿਆ ਰੱਖਿਆ ਹਾਏ ਨੀ ਮੇਰਾ ਮੋਰਨੀ, ਮੁੰਡਿਆਂ ਨੇ ਨਾ ਰੱਖਿਆ। ਮਲੀ ਤੁਹਾਡੀ ਪਹਿਲੀ ਕੈਸੇਟ ਦਾ ਕੀ ਨਾਂ ਸੀਗਾ ਜੀ? ਮੇਰੀ ਪਹਿਲੀ ਕੈਸੇਟ ਮਜਾਜਨ ਕੁੜੀ ਸੀ। ਮਜਾਜਨ ਕੁੜੀ ਸੀ, ਔਰ ਕਿੰਨੇ ਸੌਂਗ ਸੀਗੇ ਉਹਦੇ ਵਿੱਚ? ਉਸ ਦੇ ਵਿੱਚ 8 ਸੌਂਗ ਸੀਗੇ। ਮਲੀ ਤੁਹਾਡਾ ਸਭ ਤੋਂ ਫੇਵਰਟ ਸੌਂਗ ਕਿਹੜਾ ਸੀਗਾ ਉਸ ਕੈਸੇਟ ਦੇ ਵਿੱਚ? ਜਿੱਦਾਂ ਕਿ ਮੈਂ ਪਹਿਲਾਂ ਕਹਿ ਕੇ ਹਟੀ ਹਾਂ ਕਿ ਮਾਂ ਨੂੰ ਆਪਣੇ ਸਾਰੇ ਪੁੱਤ ਪਿਆਰੇ ਹੁੰਦੇ ਆ, ਅਤੇ ਮੇਰੀ ਇਸ ਕੈਸੇਟ ਦੇ ਵਿੱਚ 8 ਸੌਂਗ ਸੀਗੇ। ਇੱਕ ਸੌਂਗ ਮੈਨੂੰ ਬਹੁਤ ਹੀ ਪਿਆਰਾ ਲੱਗਦਾ ਆ, ਜਿੱਦਾਂ ਆਪਾਂ ਪੰਜਾਬ ਦਾ ਇਨਵਾਇਰਮੈਂਟ ਦੇਖ ਰਹੇ ਹਾਂ ਜੋ ਚੱਲ ਰਿਹਾ ਅੱਜ ਕੱਲ੍ਹ, ਤੁਸੀਂ ਵੀ ਦੇਖ ਰਹੇ ਹੋਣੇ ਆ ਵੀ ਚੱਲ ਰਿਹਾ ਵੀ ਕੁੜੀ ਨੂੰ ਬਾਹਰ ਵਿਆਹ ਦਿੰਦੇ ਆ, ਅਤੇ ਉਸ ਤੋਂ ਬਾਅਦ ਇਹ ਦੇਖਦੇ ਆ ਕਿ ਉਹਦੇ ਇਹ ਨਹੀਂ ਦੇਖਦੇ ਹੈਗੇ ਵੀ ਉੱਥੇ ਕੀ ਕਰ ਰਿਹਾ ਆ, ਕੀ ਨਹੀਂ, ਕੁੜੀ ਨੂੰ ਆਪਾਂ ਕੀ ਟ੍ਰੀਟ ਮਿਲੂਗਾ, ਕੀ ਬਿਹੇਵ ਹੋਊਗਾ ਉਹਦੇ ਨਾਲ, ਕੀ ਨਹੀਂ ਹੋਊਗਾ, ਅਤੇ ਕੁੜੀ ਦੇ ਨਾਲ ਬਹੁਤ ਮਿਸਬਿਹੇਵ ਹੁੰਦਾ, ਅਤੇ ਉਹਦੇ ਵਿੱਚ ਉਹ ਕੁੜੀ ਹਵਾ ਨਾਲ ਗੱਲਾਂ ਕਰਦੀ ਹੋਈ ਇੱਕ ਸੁਨੇਹਾ ਆਪਣੇ ਮਾਂ ਨੂੰ ਭੇਜ ਰਹੀ ਹੁੰਦੀ ਹੈ, ਅਤੇ ਚੰਦ ਕਿਉਂ ਲਾਈਨਾਂ ਮੈਂ ਤੁਹਾਨੂੰ ਸੁਣਾਉਂਦੀ ਹਾਂ। ਪੇਕਿਆਂ ਦੇ ਪਿੰਡ ਵੱਲ ਜਾਂਦੀ ਏ ਹਵਾਏ ਜਰਾ, ਠਹਿਰ ਕੇ ਸੁਣੀ ਤੂੰ ਮੇਰਾ ਦੁੱਖ ਨੀ, ਹਾਏ ਆਖਦੇ ਵੀ ਮਾਂ ਮੇਰੀ ਨੂੰ, ਧੀ ਤੇਰੀ ਜੀਵੇ ਜਿਵੇਂ ਨਦੀ ਦੇ ਕਿਨਾਰੇ ਕੱਲਾ ਰੁੱਖ ਨੀ, ਨਦੀ ਦੇ ਕਿਨਾਰੇ ਕੱਲਾ ਰੁੱਖ ਨੀ। ਵਾਹ ਜੀ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਔਰ ਮਲੀ ਜਦੋਂ ਤੁਸੀਂ ਪਹਿਲੀ ਕੈਸੇਟ ਰਿਲੀਜ਼ ਕਰਵਾਈ ਸੀਗੀ ਉਦੋਂ ਤੁਹਾਨੂੰ ਕਿੰਨਾ ਉਹਨੂੰ ਟਾਈਮ ਲੱਗਿਆ ਸੀਗਾ? ਜਿੱਦਾਂ ਪਹਿਲੀ ਕੈਸੇਟ ਦੇ ਟਾਈਮ ਕੁਛ ਰਿਹਰਸਲਸ ਲਾ ਲਓ ਜਾਂ ਕੁਛ ਨੀਅਰ ਅਬਾਊਟ 4-5 ਮਹੀਨੇ ਤਾਂ ਲੱਗ ਹੀ ਗਏ ਹੋਣੇ ਜਿੱਦਾਂ, ਹਾਂਜੀ ਰਿਲੀਜ਼ਿੰਗ ਟਾਈਮ 'ਚ। ਮੈਮ ਇਸ ਕੈਸੇਟ ਦਾ ਪੌਪ ਸੌਂਗ ਕਿਹੜਾ ਸੀਗਾ ਜੀ? ਇਸ ਦੇ ਵਿੱਚ ਇੱਕ ਸੌਂਗ ਸੀ ਵੀ ਮੈਂ ਇਸ਼ਕ ਤੇਰੇ ਦੇ ਵਿੱਚ ਟੱਲੀ ਹੋ ਗਈ, ਉਹ ਸੀਗਾ ਕੋਈ ਮੈਨੂੰ ਕਹਿੰਦਾ ਹੈ ਮਜਾਜਣ ਕੁੜੀ, ਕੋਈ ਮੈਨੂੰ ਕਹਿੰਦਾ ਰਾਬਣ ਕੁੜੀ, ਕੋਈ ਮੈਨੂੰ ਕਹਿੰਦਾ ਹੈ ਮਜਾਜਣ ਕੁੜੀ, ਹਾਂ ਕੋਈ ਮੈਨੂੰ ਕਹਿੰਦਾ ਹੈ ਸ਼ਰਾਬਣ ਕੁੜੀ, ਕਹਿੰਦੀਆਂ ਸਹੇਲੀਆਂ ਤੂੰ ਚੱਲੀ ਹੋ ਗਈ ਮੱਲੀ, ਕਹਿੰਦੀਆਂ ਸਹੇਲੀਆਂ ਤੂੰ ਚੱਲੀ ਹੋ ਗਈ, ਵੇ ਮੈਂ ਤਾਂ ਇਸ਼ਕ ਤੇਰੇ ਦੇ ਵਿੱਚ ਇਸ਼ਕ ਤੇਰੇ ਦੇ ਵਿੱਚ ਟੱਲੀ ਹੋ ਗਈ, ਵੇ ਮੈਂ ਇਸ਼ਕ ਤੇਰੇ ਦੇ ਵਿੱਚ ਟੱਲੀ ਹੋ ਗਈ। ਬਹੁਤ ਵਧੀਆ ਮਿਲੀ ਜੀ। ਔਰ ਫਸਟ ਕੈਸਟ ਤੋਂ ਬਾਅਦ ਸੈਕਿੰਡ ਕੈਸਟ ਤੁਸੀਂ ਕਿਹੜੇ ਸਾਲ 'ਚ ਰਿਲੀਜ਼ ਕਰਵਾਏ ਸੀਗੇ? ਸੈਕਿੰਡ ਕੈਸਟ ਮੇਰੀ 2011 'ਚ। ਕੀ ਨਾਂ ਸੀਗਾ ਜੀ ਉਹਦਾ? ਉਹ ਤਾਂ ਨੈਣਾ ਚੋ ਸ਼ਰਾਬ, ਟਾਈਟਲ ਸੌਂਗ ਮੈਂ ਤੁਹਾਨੂੰ ਥੋੜ੍ਹਾ ਜਿਹਾ ਸੁਣਾਉਂਦੀ ਹਾਂ। ਮੇਰੇ ਨੈਣਾ ਚੋ ਸ਼ਰਾਬ ਡੁੱਲਦੀ, ਵੇਖੀ ਨਾ ਤੈਨੂੰ ਚੜ ਜੇ ਕਿਤੇ ਨਾ ਤੈਨੂੰ ਚੜ ਜੇ, ਹੋ ਮੇਰੇ ਨੈਣਾ ਚੋ ਸ਼ਰਾਬ ਡੁੱਲਦੀ, ਵੇਖੀ ਨਾ ਤੈਨੂੰ ਚੜ ਜੇ ਕਿਤੇ ਨਾ ਤੈਨੂੰ ਚੜ ਜੇ, ਮੇਰਾ ਡੰਗੇ ਆਣਾ ਪਾਣੀ ਮੰਗਦਾ, ਹਾਏ ਡੰਗੇ ਆਣਾ ਪਾਣੀ ਮੰਗਦਾ, ਵੇਖੀ ਨਾ ਅੱਖ ਲੜ ਜੇ ਹਾਏ ਨਾ ਅੱਖ ਲੜ ਜੇ, ਮੇਰੇ ਨੈਣਾ ਚੋ ਸ਼ਰਾਬ ਡੁੱਲਦੀ, ਵੇਖੀ ਨਾ ਤੈਨੂੰ ਚੜ ਜੇ ਕਿਤੇ ਨਾ ਤੈਨੂੰ ਚੜ ਜੇ।
ਕਿਤੇ ਖੈ ਜੀਨਾ ਮਲੀ ਇਸ ਕੈਸਟ ਦੇ ਵਿੱਚ ਤੁਹਾਡੇ ਜਿਹੜੇ ਰਾਈਟਰ ਸੀਗੇ ਉਹ ਕੌਣ ਸੀਗੇ ਜੀ? ਮੇਰੇ ਇਸ ਕੈਸਟ ਦੇ ਵਿੱਚ ਰਾਈਟਰ ਵੀ ਪ੍ਰੈਜੈਂਟ ਜਿਨ੍ਹਾਂ ਨੇ ਕੀਤੀ ਹੈ ਲਾਡੀ ਵਿਰਕ ਸ਼ੁਤਰਾਣਾ ਜੀ ਹੈ, ਉਹਨਾਂ ਨੇ ਹੀ ਇਹ ਜਿਹੜਾ ਟਾਈਟਲ ਸੌਂਗ ਹੈ ਉਹ ਵੀ ਉਹਨਾਂ ਦਾ ਹੀ ਲਿਖਿਆ ਹੋਇਆ ਸੀ ਜਿਹੜਾ ਤੁਹਾਨੂੰ ਮੈਂ ਹੁਣ ਸੁਣਾਇਆ, ਮੇਰੇ ਨੈਣਾ 'ਚ ਸ਼ਰਾਬ ਡੁੱਲਦੀ। ਹਾਂਜੀ। ਔਰ ਮਿਊਜ਼ਿਕ ਇਹਨਾਂ ਨੇ ਦਿੱਤਾ ਸੀਗਾ? ਮਿਊਜ਼ਿਕ ਡਿਫਰੈਂਟ ਡਿਫਰੈਂਟ ਦਾ ਸੀਗਾ, ਦੋ ਸੌਂਗ ਲਾਲ ਕਮਲ ਜੀ ਦੇ ਸੀਗੇ ਅਤੇ ਹੋਰ ਇੱਕ ਰਾਜੂ ਜੀ ਆਪਣੇ ਪਟਿਆਲਾ ਤੋਂ ਅਤੇ ਬਰਨਾਲਾ ਤੋਂ ਸੀਗੇ ਕੁਛ ਪਰਸਨ, ਜਿਨ੍ਹਾਂ ਨੇ ਅਲੱਗ ਅਲੱਗ ਮਤਲਬ ਡਿਫਰੈਂਟ ਡਿਫਰੈਂਟ ਦਾ ਸੀਗਾ ਮਿਊਜ਼ਿਕ ਇਹਨਾਂ 'ਚ। ਮਤਲਬ ਜਿਹੜੀ ਤੁਹਾਡੀ ਹੁਣ ਲੇਟੈਸਟ ਕੈਸਟ ਆਈ ਹੈ ਜੀ ਜੋਗਣ, ਹਾਂਜੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਵਿਸਤਾਰ ਨਾਲ ਦੱਸੋ ਜੀ। ਹਾਂਜੀ, ਜਿਹੜੀ ਮੇਰੀ ਲੇਟੈਸਟ ਐਲਬਮ ਤੁਸੀਂ ਮੇਰੇ ਸਾਰੇ ਸਰੋਤੇ ਸੁਣ ਰਹੇ ਹਾਂ, ਟੀ ਵੀ 'ਤੇ ਵੀ, ਡੀ ਡੀ ਪੰਜਾਬੀ 'ਤੇ ਵੀ, ਜਿੱਦਾਂ ਦੂਰਦਰਸ਼ਨ 'ਤੇ ਮੇਰੇ ਮੈਕਸੀਮਮ ਸੌਂਗ ਚੱਲ ਰਹੇ ਆ, ਜੋਗਣ ਜੋਗੀਆ ਆ ਜਾ ਜੋਗੀਆ ਆ ਜਾ, ਇਹਨਾਂ ਸੋਚ ਕੇ ਨਹੀਂ ਦੋਵੇਂ ਗੱਲਾਂ ਹੁੰਦੀਆਂ ਵੀ ਪਿਆਰ ਅਤੇ ਵਪਾਰ ਸੋਹਣਿਆ, ਕਾਫੀ ਪਰਵਾਹੁੰਗਾਰਾ ਮਿਲ ਰਿਹਾ ਲੋਕਾਂ ਦਾ ਮੈਨੂੰ ਇਸ ਕੈਸਟ ਦੇ ਵਿੱਚ। ਇਹ ਮੇਰੀ ਜਿੱਦਾਂ VM ਰਿਕਾਰਡ ਦੇ ਕੰਪਨੀ ਦੇ ਦੇਖ ਰੇਖ ਹੇਠ ਹੋਈ ਆ ਅਤੇ ਇਹਦੀ ਪ੍ਰੈਜੈਂਟੇਸ਼ਨ ਵੀ ਲਾਡੀ ਵਿਰਕ ਸ਼ੁਤਰਾਣਾ ਜੀ ਦੀ ਹੋਈ ਹੈ। ਵੀ ਮੈਂ ਜੋਗਣ ਹੋ ਗਈ ਆ ਜੋਗਿਆ ਆ ਜਾ ਜੋਗਿਆ ਆ ਜਾ, ਵੀ ਮੈਂ ਜੋਗਣ ਹੋ ਗਈ ਆ ਜੋਗਿਆ ਆ ਜਾ ਜੋਗਿਆ ਆ ਜਾ, ਉਮਰਾਂ ਤੋਂ ਪਿਆਸੀਆਂ ਉਮਰਾਂ ਤੋਂ ਪਿਆਸੀਆਂ, ਵੇ ਤੂੰ ਦਿਲ ਦੀ ਪਿਆਸ ਬੁਝਾ ਜਾ ਜੋਗਿਆ ਆ ਜਾ ਜੋਗਿਆ, ਵੇ ਮੈਂ ਜੋਗਣ ਹੋ ਗਈ ਆ ਜੋਗਿਆ ਆ ਜਾ ਜੋਗਿਆ ਆ ਜਾ। ਤੁਹਾਡੇ ਪਰਿਵਾਰ 'ਚ ਫੈਮਿਲੀ ਤੁਹਾਡੇ ਕੌਣ ਕੌਣ ਨੇ? ਫੈਮਿਲੀ 'ਚ ਮੇਰੇ ਮੋਮ, ਡੈਡ, ਬ੍ਰਦਰ, ਸਿਸਟਰ ਐਂਡ ਮੀ, ਮੈਂ। ਓਕੇ, ਯਾਨੀ ਕਿ ਤੁਸੀਂ ਮਿਸ ਹੋ? ਬਹੁਤ ਹੀ ਵਧੀਆ ਆਰਟਿਸਟ, ਕਈ ਤਾਂ ਬਹੁਤ ਹੀ ਵਧੀਆ ਆਰਟਿਸਟ ਆ ਰਹੇ ਆ, ਕਈ ਕਈ ਵਾਰੀ ਵੈਸੇ ਕਹਿਣਾ ਨੀ ਚਾਹੀਦਾ, ਛੋਟਾ ਮੂੰਹ ਵੱਡੀ ਗੱਲ ਹੋ ਜਾਂਦੀ ਹੈ, ਤੇ ਮਤਲਬ ਉਹਨਾਂ ਕੋ ਜਿੱਦਾਂ ਗਾਓ ਜਿਹੜਾ ਲੋਕਾਂ ਨੂੰ ਆਪਾਂ ਇੱਕ ਫੈਮਿਲੀ ਦੇ ਵਿੱਚ ਵਧੀਆ ਸੁਣ ਸਕੀਏ। ਕਈ ਗੀਤ ਇੱਦਾਂ ਦੇ ਹੁੰਦੇ ਆ, ਚੱਕ ਲਓ ਦਨਾਲੀਆਂ ਜੀ, ਰੱਖ ਦਿਓ ਜੀ, ਇਹ ਕਰ ਲਓ, ਵੋ ਕਰ ਲਓ, ਬਟ ਮੈਨੂੰ ਇੱਦਾਂ ਦੀ ਗਾਇਕੀ ਵੈਸੇ ਪਸੰਦ ਨਹੀਂ ਹੈਗੀ। ਥੋੜ੍ਹਾ ਜਿਹਾ ਨਵੇਂ ਸਿੰਗਰਾਂ ਨੂੰ ਇਹ ਕਰੇਜ਼ ਆ, ਪਤਾ ਨਹੀਂ ਆਪਾਂ ਇੱਦਾਂ ਦੇ ਕੁਛ ਕਰਾਂਗੇ ਵੀ ਇੱਕਦਮ ਤੋਂ ਇੱਕ ਦਿਨ ਹੀ ਹਿੱਟ ਹੁੱਟ ਵੀ ਮਤਲਬ ਲੋਕਾਂ ਦੀ ਦਿਲਾਂ 'ਚ ਛਾ ਜਾਂਗੇ, ਰਾਜ ਕਰਾਂਗੇ, ਪਰ ਮੈਨੂੰ ਮੇਰਾ ਇੱਕ ਕਹਿਣਾ ਆ, ਮੈਨੂੰ ਵੈਸੇ ਉਹੀ ਗੱਲ ਵੀ ਛੋਟਾ ਮੂੰਹ ਵੱਡੀ ਗੱਲ ਹੈ ਵੀ ਹਨੇਰੀ ਬਣ ਕੇ ਨਾ ਚੁੱਲੋ, ਹਵਾ ਵਾਂਗੂ ਵਗੋ ਹੌਲੀ ਹੌਲੀ, ਅਤੇ ਜ਼ਰੂਰ ਪਰਮਾਤਮਾ ਤੁਹਾਡੇ ਝੋਲੀਆਂ ਦੇ ਵਿੱਚ ਸਭ ਕੁਛ ਪਾਊਗਾ। ਮਲੀ, ਜਿੱਦਾਂ ਹੁਣ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਜਿਹੜੇ ਆਪਣੇ ਨਵੇਂ ਸਿੰਗਰ ਆ ਰਹੇ ਨੇ, ਹੈ ਨਾ ਜੀ, ਉਹ ਸਾਰੇ ਕੋਈ ਨਾ ਕੋਈ ਵੀਡੀਓ ਪਿਕਚਰ ਬਣਾਉਣ ਦੀ ਸੋਚਦੇ ਨੇ, ਹੈ ਨਾ, ਤੁਸੀਂ ਤੁਹਾਡੇ ਮਨ ਦੇ ਵਿੱਚ ਕੋਈ ਇੱਦਾਂ ਦਾ ਵਿਚਾਰ ਨਹੀਂ ਹੈ ਕਿ ਤੁਸੀਂ ਵੀ ਕੋਈ ਫਿਲਮ ਬਣਾਓ? ਫਿਲਹਾਲ ਤਾਂ ਸਰ ਮੇਰੇ ਮਨ 'ਚ ਕੋਈ ਇੱਦਾਂ ਦਾ ਵਿਚਾਰ ਨਹੀਂ ਕਿ ਮੈਂ ਫਿਲਮ ਬਣਾਵਾਂ। ਓਕੇ ਜੀ, ਮੈਨੂੰ ਫਿਲਹਾਲ ਇਹੀ ਹੈ ਕਿ ਮੈਂ ਜਿੱਦਾਂ ਜਿਹੜੀ ਲਾਈਨ 'ਤੇ ਮੈਂ ਚੱਲੀ ਹਾਂ ਸਿੰਗਿੰਗ ਲਾਈਨ 'ਤੇ, ਮੈਨੂੰ ਉਹਦੇ 'ਚ ਹੀ ਮੈਨੂੰ ਸਕਸੈਸ ਮਿਲੇ, ਕਾਮਯਾਬ ਹੋਵਾਂ,
ਉਸ ਤੋਂ ਬਾਅਦ ਦੇਖਾਂਗੇ ਵੀ ਕੀ ਹੁੰਦਾ, ਕੀ ਕਰਨਾ ਆ ਕੀ ਨਹੀਂ ਕਰਨਾ, ਕਿਉਂਕਿ ਦੋ ਬੇੜੀਆਂ ਤੋਂ ਸਵਾਰ ਹੋ ਕੇ ਆਪਾਂ ਵਧੀਆ ਗੱਲ ਨਹੀਂ ਹੁੰਦੀ, ਕਿਉਂਕਿ ਜੇ ਇੱਕ ਪੈਰ ਇੱਕ ਪਾਸੇ ਇੱਕ ਹੋਊਗਾ ਦੂਸਰਾ ਪੈਰ ਦੂਸਰੇ ਪਾਸੇ ਹੋਊਗਾ ਤਾਂ ਵਧੀਆ ਗੱਲ ਨਹੀਂ ਗੀ। ਸਿੰਗਿੰਗ ਦੇ ਨਾਲ ਨਾਲ ਮੇਰਾ ਪ੍ਰੋਫੈਸ਼ਨ, ਮੈਂ ਹੋਰ ਕੋਈ ਨਹੀਂ ਚੂਜ਼ ਕਰਨਾ ਚਾਹੁੰਦੀ, ਓਨਲੀ ਸਿੰਗਿੰਗ ਕਿ ਅੱਜ ਦੇ ਟਾਈਮ 'ਚ। ਬਾਅਦ 'ਚ ਦੇਖਾਂਗੇ, ਚਲੋ ਪਰਮਾਤਮਾ ਨੇ ਚਾਹੇ ਬਾਲੀਵੁੱਡ 'ਚ ਵੀ ਦੇਖਾਂਗੇ, ਹੋ ਸਕੇ ਟਾਈਮ ਮਿਲੇਗਾ। ਕਿਆ ਬਾਤ ਹੈ, ਕਿਆ ਜੀ ਕਿਆ ਬਾਤ ਹੈ ਜੀ। DPD ਧਮਕ ਪੰਜਾਬ ਦੀ ਟੀਮ ਵੱਲੋਂ ਤੁਹਾਡਾ, ਅਸੀਂ ਸਾਰੀ ਟੀਮ ਵੱਲੋਂ ਰੱਬ ਨੂੰ ਦੁਆਵਾਂ ਕਰਾਂਗੇ, ਤੁਸੀਂ ਬਾਲੀਵੁੱਡ ਕੀ ਹਾਲੀਵੁੱਡ ਸਾਰਿਆਂ 'ਚ ਤੁਸੀਂ ਜਾਓ। ਹਾਂਜੀ, ਔਰ ਮੈਮ ਤੁਸੀਂ ਫਰੀ ਟਾਈਮ ਕੀ ਕਰਦੇ ਹੋ? ਫਰੀ ਟਾਈਮ ਮੈਂ ਜ਼ਿਆਦਾ ਵੈਸੇ ਮਿਊਜ਼ਿਕ ਸੁਣਨ ਦਾ ਸ਼ੌਂਕ ਹੀ ਰੱਖਦੀ ਹਾਂ। ਤੁਸੀਂ ਸਭ ਤੋਂ ਜ਼ਿਆਦਾ ਕੀ ਗਾਣਾ ਪਸੰਦ ਕਰਦੇ ਹੋ? ਮੈਂ ਸਭ ਤੋਂ ਜ਼ਿਆਦਾ ਫੋਕ ਗਾਇਕੀ ਨੂੰ ਲਾਈਕ ਕਰਦੀ ਹਾਂ, ਜਿੱਦਾਂ ਖੁੱਲ੍ਹਾ ਗਾਣਾ, ਕਿਉਂਕਿ ਮੇਰਾ ਤੁਸੀਂ ਮੈਕਸੀਮਮ ਮੈਨੂੰ ਸ਼ਾਇਦ ਸੁਣਿਆ ਵੀ ਹੋਊਗਾ ਜਾਂ ਨਹੀਂ ਸੁਣਿਆ ਤਾਂ ਸੁਣ ਲਉਂਗੇ ਆਉਣ ਵਾਲੇ ਟਾਈਮ 'ਚ। ਅਤੇ ਮਤਲਬ ਮੈਨੂੰ ਫੋਕ ਗਾਇਕੀ ਨਾਲ ਜ਼ਿਆਦਾ ਪਿਆਰ ਆ, ਮੈਂ ਫੋਕ ਹੀ ਗਾਣਾ ਜਿੱਦਾਂ ਮਿਰਜ਼ਾ ਹੋ ਗਿਆ, ਸਾਹਿਬਾ ਜਾਂ ਫਿਰ ਲੋਕ ਗਾਥਾਵਾਂ ਹੋ ਗਈਆਂ। ਮਿਰਜ਼ਾ ਤਾਂ ਵੈਸੇ ਕਾਫੀ ਆਰਟਿਸਟਾਂ ਨੇ ਗਾਇਆ, ਮੈਂ ਸਾਹਿਬਾ ਵੱਲੋਂ ਕਹਿਣਾ ਚਾਹੁੰਦੀ ਹਾਂ ਕੁਛ ਕਬੋਲ ਵੀ ਆਪਾਂ ਕਹਿ ਦਿੰਦੇ ਵੀ ਕੁੜੀ ਨੂੰ ਇੱਕਦਮ ਤੋਂ ਕਹਿ ਦਿੰਦੇ ਹਾਂ ਵੀ ਕੁੜੀ 'ਤੇ ਹੀ ਜੋ ਵੀ ਐਕਸ਼ਨ ਉੱਠਣਾ ਕੁੜੀ 'ਤੇ ਹੀ ਉੱਠਣਾ। ਜੇ ਉਹ ਆਪਣੇ ਭਾਈਆਂ ਨੂੰ ਮਰਵਾ ਦਿੰਦੀ ਤਾਂ ਵੀ ਲੋਕ ਉਹਨਾਂ ਨੂੰ ਐਂ ਕਹਿੰਦੇ ਵੀ ਸਾਹਿਬਾਂ ਨੇ ਆਪਣੇ ਭਰਾ ਅੱਗੇ ਮਰਵਾ 'ਤੇ। ਜੇ ਉਹਨਾਂ ਨੇ ਆਪਣੇ ਪਿਆਰ ਨੂੰ ਜਾਂ ਸਤਿਕਾਰ ਜਿਹਨਾਂ ਨੂੰ ਜੋ ਵੀ ਸੀਗਾ ਵਟੈਵਰ, ਹੈ ਨਾ, ਅਤੇ ਉਹਨਾਂ ਨੂੰ ਇਗਨੋਰ ਕੀਤਾ ਜਾਂ ਜੋ ਵੀ ਹੋਇਆ ਸਾਰੀ ਦੁਨੀਆ ਜਾਣਦੀ ਹੈ, ਅਤੇ ਉਹ ਮਤਲਬ ਉਹਦੇ ਵਾਸਤੇ ਮੈਂ ਤੁਹਾਨੂੰ ਚੰਦ ਕਲੈਨਾ ਸੁਣਾਉਂਦੀ ਹਾਂ। ਹੋ ਪਿਆਰ ਸਾਹਿਬਾਂ ਦਾ ਸੀ ਹੱਡਾਂ ਵਿੱਚ ਰੋ ਗਿਆ, ਚਾਰ ਰਾਤਾਂ ਦਾ ਹੁਣੀ ਦਾ ਜੱਟ ਸੌ ਗਿਆ, ਸਾ ਲੈਂਦੀ ਸੀ ਵਿਚਾਲੇ ਕਾਲੇ ਕਾਲੇ, ਉਹ ਸਾਹਿਬਾ ਜਸੋ ਕੀ ਕਰਦੀ, ਜਿੰਦੀ ਆ ਗਈ ਦੋਪੂੜਾਂ ਦੇ ਵਿਚਾਲੇ, ਉਹ ਸਾਹਿਬਾ ਦੱਸੋ ਕੀ ਕਰਦੀ, ਉਹ ਸਾਹਿਬਾ ਦੱਸੋ ਕੀ ਕਰਦੀ, ਉਹ ਸਾਹਿਬਾ ਦੱਸੋ ਕੀ ਕਰਦੀ। ਮਲੀ, ਤੁਹਾਡੀ ਕੋਈ ਜ਼ਿੰਦਗੀ ਦੇ ਵਿੱਚ ਤੁਹਾਨੂੰ ਸ਼ੋਅ ਕਰਨ ਲੱਗੇ ਜਾਂ ਕੋਈ ਹੋਰ ਇੱਦਾਂ ਦੀ ਕੋਈ ਮਿਸਹੈਪਨਿੰਗ ਹੋਈ ਹੋਵੇ ਤੁਹਾਡੇ ਨਾਲ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਪਲੀਜ਼ ਦੱਸੋ। ਹਾਂਜੀ, ਇੱਕ ਵਾਰ ਬਹੁਤ ਹੀ ਵੱਡੀ ਟ੍ਰੈਜਡੀ ਮੇਰੇ ਨਾਲ ਹੋਈ। ਜਿੱਦਾਂ ਮੈਂ ਸ਼ੋਅ 'ਤੇ ਜਾਣਾ ਸੀਗਾ, ਇਹ ਪਾਤਨਾ ਖਨੋਰੀ ਦੇ ਕੋਲ ਪੈਂਦਾ ਅਰਨੋ, ਉੱਥੇ ਮੇਰਾ ਸ਼ੋਅ ਸੀ। ਮੈਂ ਬਠਿੰਡੇ ਤੋਂ ਅਰਨੋ ਪ੍ਰੋਗਰਾਮ ਲਾਉਣ ਆ ਰਹੀ ਸੀ, ਸੰਗਰੂਰ ਮੇਰਾ ਐਕਸੀਡੈਂਟ ਹੋ ਗਿਆ। ਉਸ ਤੋਂ ਬਾਅਦ ਮੈਂ ਉੱਥੇ ਕਾਫੀ ਮਤਲਬ ਲੇਟ ਹੋ ਗਈ ਸ਼ੋਅ ਤੋਂ, ਮੇਰੇ ਜਿਸ ਟਾਈਮ ਮੇਰਾ ਟਾਈਮ ਸੀ ਉਸ ਟਾਈਮ ਕਿਸੇ ਹੋਰ ਆਰਟਿਸਟ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਵੀ ਉਹਨਾਂ ਦਾ ਟਾਈਮ, ਉਹਨਾਂ ਨੇ ਮੇਰੇ ਟਾਈਮ 'ਚ ਗਾਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਟਾਈਮ ਨਹੀਂ, ਜਿੱਦਾਂ ਕਹਿੰਦੇ ਵੀ ਬਾਅਦ 'ਚ ਤੁਸੀਂ ਗਾਇਓ, ਇਹ ਕਰਿਓ, ਉਹ ਕਰਿਓ, ਅਤੇ ਮੈਂ ਬਹੁਤ ਜ਼ਿਆਦਾ ਰੋਈ। ਮੈਂ ਕਿਹਾ ਵੀ ਮੈਂ ਨਹੀਂ ਗਾਣਾ, ਇਹ ਫੇਮਸ ਸਿੰਗਰ ਹੈ, ਮੈਂ ਨਾਂ ਨਹੀਂ ਲੈਣਾ ਚਾਹੁੰਦੀ ਫਿਰ ਵੀ, ਅਤੇ ਫੇਮਸ ਸਿੰਗਰ ਵੀ ਮੈਨੂੰ ਕਿੰਨੇ ਸੁਣਨਾ। ਇਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਜੀ ਜੋ ਮੈਨੂੰ ਸਟੇਜ 'ਤੇ ਲੈ ਗਈ, ਮਤਲਬ ਜੋਰੀ ਜਿੱਦਾਂ ਮੈਂ ਸਟੇਜ 'ਤੇ ਚਲੀ ਗਈ, ਉਸ ਨਾਲ ਮੇਰੀ ਟ੍ਰੈਜਡੀ ਇੰਨੀ ਵੱਡੀ ਹੋਈ ਸੀ ਕਿ ਮੈਂ ਐਕਸੀਡੈਂਟ ਸੀ, ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਮੈਂ, ਅਤੇ ਲੋਕਾਂ ਮਤਲਬ ਮੈਂ ਸਟੇਜ 'ਤੇ ਗਈ, ਇੱਕ ਗੀਤ ਉਹਨੇ ਗਾਇਆ, ਦੋ ਗਾਇਆ, ਚਾਰ ਗਾਏ, ਐਟ ਲਾਸਟ ਕਿ ਉਹਦੇ ਮਾਈਕ ਉਹਨਾਂ ਤੋਂ ਫੜ ਲਿਆ, ਜਿਹੜੇ ਮੇਨ ਪ੍ਰਬੰਧਕ ਸੀ ਉਹਨਾਂ ਨੇ ਮਾਈਕ ਫੜ ਲਿਆ ਵੀ ਉਹ ਕੁੜੀ ਕਦੇ ਦੀ ਬੈਠੀ ਹੋਈ ਆ, ਤੁਸੀਂ ਕਿਉਂ ਨਹੀਂ ਉਹਨੂੰ ਗਾਣ, ਕਿਉਂ ਨਹੀਂ ਦੇ ਰਹੇ ਹੈਗੇ ਵੀ ਹੁਣ ਉਹਦੀ ਮਤਲਬ ਉਹਦਾ ਟਾਈਮ ਆ, ਉਹਨੂੰ ਦਿਓ। ਸੋ ਦੈਟਸ ਉਹਨਾਂ ਨੇ ਮੈਨੂੰ ਮਾਈਕ ਦਿੱਤਾ, ਮੇਰਾ ਹੌਂਸਲਾ ਬਿਲਕੁਲ ਢਿਆ ਹੋਇਆ ਸੀਗਾ ਉਸ ਟਾਈਮ, ਕਹਿ ਲਓ ਵੀ ਮੈਂ ਬਿਲਕੁਲ ਨਰਵਸ ਸੀਗੀ। ਮੇਰੇ ਇੱਕਦਮ ਤੋਂ ਮਾਈਕ ਫੜਨ ਤੋਂ ਹੀ ਲੋਕਾਂ ਦੀ ਤਾੜੀਆਂ ਦੀ ਮਤਲਬ ਨਾਲ ਮੇਰਾ ਹੌਂਸਲਾ ਵੱਧ ਗਿਆ, ਮੈਂ ਇੱਕ ਦੋ ਸ਼ੇਅਰ ਲਗਾਏ, ਮੈਂ ਦੋ ਸੌਂਗ ਹੀ ਲਾਏ, ਉਸ ਵਾਰ ਮੇਰਾ ਮਤਲਬ ਹੌਂਸਲਾ ਬਹੁਤ ਜ਼ਿਆਦਾ ਹੀ ਵਧਿਆ। ਇੱਕ ਵਾਰੀ ਤਾਂ ਮੈਂ ਸੋਚ ਲਿਆ ਸੀ ਮੈਂ ਗਾਉਣਾ ਛੱਡ ਦੇਣਾ ਆ, ਵੀ ਇੱਕ ਵਾਰੀ ਮੈਂ ਇਹ ਸੋਚ ਲਿਆ ਸੀਗਾ। ਮੈਂ ਇਸ ਚੀਜ਼ ਨੂੰ ਆਪਣੀ ਬਹੁਤ ਵੱਡੀ ਮਤਲਬ ਹੈਪਨਿੰਗ ਸਮਝਦੀ ਹਾਂ ਕਿ ਮੇਰੇ ਨਾਲ ਇੰਨੇ ਵੱਡੇ ਆਰਟਿਸਟ ਨੂੰ ਸੁਣਨ ਤੋਂ ਬਾਅਦ ਮੈਨੂੰ ਵੀ ਲੋਕਾਂ ਨੇ ਇੰਨਾ ਕੁ ਪਿਆਰ ਦਿੱਤਾ ਕਿ ਮੇਰੇ ਖਿਆਲ 'ਚ ਉਹਨੂੰ ਨਹੀਂ ਸੀਗਾ, ਕਿਉਂਕਿ ਮੈਂ ਗੱਡੀ 'ਚ ਦੇਖ ਰਹੀ ਸੀਗੀ। ਮੈਮ, ਇੰਡੀਆ ਦੇ ਨਾਲ ਨਾਲ ਤੁਸੀਂ ਫੋਰਨ ਦੇ ਵਿੱਚ ਜਾ ਕੇ ਕਿਹੜੀ ਕੰਟਰੀ ਦੇ ਵਿੱਚ ਆਪਣੇ ਸ਼ੋਅ ਕਰਦੇ ਹੋ? ਮੈਂ ਫਿਲਹਾਲ ਤਾਂ ਦੋ ਹੀ ਮਤਲਬ ਦੋ ਵਾਰ ਕੈਨੇਡਾ ਹੀ ਜਾ ਕੇ ਆਈ ਹੋਈ ਹਾਂ, ਬਸ ਉੱਥੇ ਹੀ ਮੇਰੇ ਸ਼ੋਅ ਕਰਨ ਦਾ ਮੌਕਾ ਮਿਲਿਆ, ਵਧੀਆ ਰਿਸਪੋਂਸ ਮਿਲਿਆ, ਲੋਕਾਂ ਨੇ ਮੈਨੂੰ ਬਹੁਤ ਹੀ ਪਿਆਰ ਦਿੱਤਾ। ਔਰ ਉੱਥੇ ਜ਼ਿਆਦਾਤਰ ਕੀ ਸੁਣਨਾ ਪਸੰਦ ਕਰਦੇ ਆ ਲੋਕੀ? ਲੋਕੀ ਮਤਲਬ ਸੁਣਨਾ ਤਾਂ ਹਰੇਕ ਤਰ੍ਹਾਂ ਦੀ ਗਾਇਕੀ ਵਧੀਆ ਮਤਲਬ ਵਧੀਆ ਗਾਇਕੀ ਨੂੰ ਪਸੰਦ ਕਰਦੇ ਆ, ਬਟ ਜਿੰਨਾ ਕੁ ਮੈਂ ਜਜਮੈਂਟ ਕੀਤੀ ਆ ਕਿ ਲੋਕੀ ਉੱਥੇ ਸਟ੍ਰੈਸ 'ਚ ਜ਼ਿਆਦਾ ਆ, ਮਤਲਬ ਬਹੁਤ ਜ਼ਿਆਦਾ ਅਪਸੈਟ ਜਿਹਾ ਰਹਿਣਾ ਹਰ ਟਾਈਮ ਕੰਮ 'ਤੇ, ਪੂਰੀ ਫੈਮਲੀ ਇੱਕ ਇੱਕ ਵੀਕ ਮਿਲਣਾ ਨਹੀਂ ਉਹਨਾਂ ਨੇ ਆਪਸ 'ਚ, ਬੱਚਾ ਮਾਂ ਨੂੰ ਨਹੀਂ ਮਿਲ ਰਿਹਾ ਹੈਗਾ, ਹਸਬੈਂਡ ਵਾਈਫ ਨੂੰ ਨਹੀਂ ਮਿਲ ਰਿਹਾ ਹੈਗਾ, ਬਸ ਇੱਦਾਂ ਦੀਆਂ ਮਤਲਬ ਹੁੰਦੀਆਂ ਆ। ਸੋ ਦੈਟਸ ਵਾਈ ਮੈਨੂੰ ਜੋ ਮੈਂ ਜੱਜ ਕੀਤਾ ਆ ਕਿ ਉੱਥੇ ਮਤਲਬ ਚੁਲਬਲੇ ਗੀਤ
ਜਾਂ ਫਿਰ ਸਟ੍ਰੈਸ ਵੈਸ ਹੋਣ, ਜੋ ਵੀ ਮਤਲਬ ਉਹਨਾਂ ਨੂੰ ਕੋਈ ਸਟ੍ਰੈਸ ਨਾ ਹੋਵੇ, ਇੱਦਾਂ ਦੀ ਵਧੀਆ ਗਾਇਕੀ ਨੂੰ ਮਤਲਬ ਹੋਵੇ ਜੋ ਉਹਨਾਂ ਨੂੰ ਸਕੂਨ ਮਿਲੇ, ਜਿਹਨੂੰ ਸੁਣ ਕੇ ਉਹਨਾਂ ਨੂੰ ਸਕੂਨ ਮਿਲੇ। ਗੀਤ ਤੋਂ ਪਹਿਲਾਂ ਮੈਂ ਛੋਟਾ ਜਿਹਾ ਇੱਕ ਸ਼ੇਅਰ ਪਲੀਜ਼ ਤੁਹਾਨੂੰ ਸੁਣਾਉਣਾ ਚਾਹਾਂਗੀ, ਉਸ ਤੋਂ ਬਾਅਦ ਤੁਹਾਨੂੰ ਮੈਂ ਸੁਣਾਉਂਦੀ ਹਾਂ। ਘਰੋਂ ਕਰਦੇ ਸਕੀਮਾਂ, ਘਰੋਂ ਕਰਦੇ ਸਕੀਮਾਂ, ਕਿਹੜੀ ਬੱਸ ਵਿੱਚ ਜਾਣਾ, ਅੱਕੀ ਤੋਂ ਲਾਉਣੀ ਅੱਜ ਕੁਟਕੀ ਦੇ ਖਾਤੇ ਵਿੱਚ ਖਾਣਾ। ਘਰੋਂ ਕਰਦੇ ਸਕੀਮਾਂ, ਕਿਹੜੀ ਬੱਸ ਵਿੱਚ ਜਾਣਾ, ਕੀ ਤੋਂ ਪੀਣੀ ਅੱਜ ਦਾਰੂ ਕੀ ਦੇ ਖਾਤੇ ਵਿੱਚ ਖਾਣਾ। ਅੱਜ ਕੱਲ੍ਹ ਦੇ ਰਾਂਝਿਆਂ ਦਾ ਇਹੋ ਜਿਹਾ, ਉਹ ਬਾਰਾਂ ਦਿਨ ਨੀ ਨਿਭਾਉਂਦੇ ਕਿੱਥੋਂ ਬਾਰਾਂ ਬਾਰਾਂ ਸਾਲ, ਬਾਰਾਂ ਦਿਨ ਨੀ ਨਿਭਾਉਂਦੇ ਕਿੱਥੋਂ ਬਾਰਾਂ ਬਾਰਾਂ ਸਾਲ। ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਇੱਕ ਮੇਰਾ ਪਸੰਦੀਦਾ ਗੀਤ, ਜੋ ਮੈਨੂੰ ਲੋਕਾਂ ਵੱਲੋਂ ਵੀ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਸੀ, ਗੀਤਾਂ ਦੂਰਦਰਸ਼ਨ 'ਤੇ ਮੈਂ ਚਲਾਇਆ ਸੀਗਾ, ਬਹੁਤ ਵਧੀਆ ਮੈਨੂੰ ਲੋਕਾਂ ਦਾ ਹੁੰਗਾਰਾ ਮਿਲਿਆ। ਮੈਨੂੰ ਸਾਂਭ ਕੇ ਵੀ ਮੈਨੂੰ ਸਾਂਭ ਕੇ, ਮੈਨੂੰ ਸਾਂਭ ਕੇ ਡੱਬੀ ਦੇ ਵਿੱਚ ਰੱਖ ਲੈ ਤੂੰ ਦਿਲੋਂ ਨਾ ਵਿਸਾਰ ਸੋਹਣਿਆ, ਇੰਨਾ ਸੋਚ ਕੇ ਨੀ ਦੋਵੇਂ ਗੱਲਾਂ ਹੁੰਦੀਆਂ ਵੇ ਪਿਆਰ ਤੇ ਵਪਾਰ ਸੋਹਣਿਆ, ਇੰਨਾ ਸੋਚ ਕੇ ਨੀ ਦੋਵੇਂ ਗੱਲਾਂ ਹੁੰਦੀਆਂ ਵੇ ਪਿਆਰ ਤੇ ਵਪਾਰ ਸੋਹਣਿਆ, ਪਿਆਰ ਤੇ ਵਪਾਰ ਸੋਹਣਿਆ ਵੇ ਇੰਨਾ ਸੋਚ ਕੇ। ਮੈਨੂੰ ਸਾਂਭ ਕੇ ਡੱਬੀ ਦੇ ਵਿੱਚ ਰੱਖ ਲੈ ਤੂੰ ਦਿਲ
ਮਤਲਬ ਜੀ ਆਪਾਂ ਦੇਖਦੇ ਹਾਂ ਕਿ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਪੰਜ ਦਰਿਆਵਾਂ ਦੀ ਧਰਤੀ ਆਪਣੇ ਪੰਜਾਬ ਨੂੰ ਮੰਨਿਆ ਜਾਂਦਾ ਹੈਗਾ ਵਾ, ਔਰ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਆਪਣੇ ਪੰਜਾਬ ਦੇ ਵਿੱਚ 6ਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਗਣ ਲੱਗ ਗਿਆ ਜੀ, ਔਰ ਜਿਹਦੇ ਵਿੱਚ ਆਪਾਂ ਕਹਿ ਦਈਏ ਕੁੜੀਆਂ ਮੁੰਡੇ ਦੋਨੋਂ ਹੀ ਸ਼ਾਮਿਲ ਨੇ, ਔਰ ਤੁਸੀਂ ਉਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੋਗੇ? ਦੇਖੋ ਜੀ, ਵੈਸੇ ਮੈਂ ਮੈਸੇਜ ਦੇਣ ਦੇ ਲਾਇਕ ਤਾਂ ਹੈ ਨਹੀਂ ਕਿ ਮੈਂ ਉਹਨਾਂ ਨੂੰ ਸੁਜੈਸਟ ਕਰਾਂ, ਬਸ ਇੱਕ ਸੁਜੈਸਟ ਕਰ ਸਕਦੀ ਹਾਂ ਕਿ ਪਲੀਜ਼ ਚੰਗੇ ਕੰਮਾਂ ਵੱਲ ਲੱਗੋ, ਗੇਮਾਂ ਵੱਲ ਜਾਓ, ਤੁਸੀਂ ਵਧੀਆ ਕੰਮ ਕਰੋ, ਜੋ ਆਪਣੇ ਪੇਰੈਂਟਸ ਦਾ ਨਾਂ ਉੱਚਾ ਕਰੋ। ਬਾਕੀ ਨਸ਼ਿਆਂ 'ਚ ਕੀ ਆ, ਕੁਛ ਵੀ ਨਹੀਂ ਰੱਖਿਆ ਹੋਇਆ, ਜੇ ਨਸ਼ਿਆਂ 'ਚ ਜਾਓਗੇ ਆਪਣੀ ਜ਼ਿੰਦਗੀ ਬਰਬਾਦ ਹੋਊਗੀ, ਪੇਰੈਂਟਸ ਦਾ ਨਾਂ ਨੂੰ ਲੋਕ ਗੱਲਾਂ ਕਰਨਗੇ ਵੀ ਮਾਂ ਪਿਓ ਨੇ ਆਹੀ ਕੁਛ ਸਿਖਾਇਆ ਹੈਗਾ, ਜਾਂ ਸੋ ਆਹੀ ਕੁਛ ਹੁੰਦਾ ਆ ਕਿ ਆਹੀ ਟਾਈਮ ਹੁੰਦਾ ਆ ਜ਼ਿੰਦਗੀ ਦੇ ਵਿੱਚ। ਆਪਾਂ ਦੇਖੀਏ ਵੀ ਆ 20-25 ਸਾਲ ਦੇ ਵਿੱਚ ਹੀ ਆਹੀ ਆਪਣੀ ਉਮਰ ਹੁੰਦੀ ਹੈ, ਆਪਾਂ ਕੁਛ ਮਤਲਬ ਕਮਾ ਲੈਣਾ ਆਪਣੀ ਜ਼ਿੰਦਗੀ, ਕਮਾ ਲੈਣਾ ਇਹ ਨਹੀਂ ਵੀ ਆਪਾਂ ਮਨੀ ਨੂੰ ਅਰਨਿੰਗ ਕਰ ਲੈਣੀ, ਕਮਾ ਲੈਣਾ ਹੁੰਦਾ ਵੀ ਆਪਣੀ ਲਾਈਫ ਦੇ ਵਿੱਚ ਆਪਾਂ ਨੇ ਕੀ ਕੁਛ ਕਮਾਇਆ, ਕੀ ਲੋਕਾਂ ਤੋਂ ਕੀ ਸਿੱਖਿਆ, ਕੀ ਕੁਛ ਨਹੀਂ ਸਿੱਖਿਆ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਨਸ਼ਿਆਂ ਨੂੰ ਛੱਡ ਕੇ ਵਧੀਆ ਕੰਮਾਂ ਵੱਲ ਲੱਗਣ ਤਾਂ ਵਧੀਆ ਗੱਲ ਆ। ਸੋ ਲਾਸਟ ਦੇ ਵਿੱਚ ਮੈਂ ਤਮਕ ਪੰਜਾਬ ਦੀ ਵਾਲੀ ਸਾਰੀ ਟੀਮ ਨੂੰ ਅਤੇ ਆਪਣੇ ਬਲਜੀਤ ਸਿੰਘ ਜੀ ਅਤੇ ਫੋਰਨ ਕੰਟਰੀਆਂ 'ਚ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਜਿੱਦਾਂ ਕਿ USA ਹੋ ਗਿਆ, UK, ਹੋਰ ਵੀ ਜਰਮਨ ਕੰਟਰੀਜ਼ ਹੋ ਗਿਆ ਅਦਰਸ ਵਿੱਚ, ਤਾਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਇੰਟਰਵਿਊ ਨੂੰ ਦੇਖ ਕੇ ਸੁਣ ਕੇ ਪਲੀਜ਼ ਕਾਲ ਕਰਨਾ ਜਾਂ ਮੈਨੂੰ ਦੱਸਣਾ ਵੀ ਕਿੱਦਾਂ ਲੱਗਾ, ਕਿਵੇਂ ਨਹੀਂ ਲੱਗਾ। ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਇਹ ਤਾਂ ਸੀ ਸਾਡੇ ਮੱਲੀ ਜੀ, ਗੁਰਜੀਤ ਮੱਲੀ ਜੀ, ਜਿਨ੍ਹਾਂ ਨੇ ਆਪਣੀ ਗਾਇਕੀ ਬਾਰੇ ਅਤੇ ਨਸ਼ਿਆਂ ਬਾਰੇ ਬਹੁਤ ਹੀ ਵਧੀਆ ਢੰਗ ਨਾਲ ਸਾਡੇ ਦਰਸ਼ਕਾਂ ਨੂੰ ਦੱਸਿਆ। ਸੋ ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ DPD ਮੀਡੀਆ ਧਮਕ ਪੰਜਾਬ ਦੀ। ਧੰਨਵਾਦ ਦੋਸਤੋ, ਤੁਸੀਂ ਵੇਖ ਰਹੇ ਹੋ ਧਮਕ ਪੰਜਾਬ ਦੀ।